ਅੱਜ ਅਸੀਂ ਖਾਸ ਤੌਰ ਤੇ ਗੱਲ ਕਰਦੇ ਕੇਤੂ ਗ੍ਰਹਿ ਦੇ ਬਾਰੇ। ਜਦੋਂ ਕੇਤੂ ਗ੍ਰਹਿ ਮਾੜਾ ਹੁੰਦਾ ਤਾਂ ਕੀ ਹੁੰਦਾ? ਆਪਾਂ ਜਨਮ ਕੁੰਡਲੀ ਜਦੋਂ ਗ੍ਰਹਿਆਂ ਦੀ ਗੱਲ ਕਰਦੇ ਹਾਂ ਤਾਂ ਸੂਰਿਆ, ਚੰਦਰ, ਮੰਗਲ, ਬੁੱਧ, ਫਿਰ ਬ੍ਰਹਸਪਤੀ, ਸ਼ੁੱਕਰ, ਫਿਰ ਸ਼ਨੀ, ਰਾਹੂ ਅਤੇ ਕੇਤੂ। ਰਾਹੂ ਅਤੇ ਕੇਤੂ ਦੋ ਇੱਦਾਂ ਦੇ ਪਲੈਨਟਸ ਆ ਜਿਹੜੇ ਛਾਇਆ ਗ੍ਰਹਿ ਕਹਿੰਦੇ ਆ, ਜਿਹੜੇ ਡਾਇਰੈਕਟਲੀ ਅਸਰ ਨਹੀਂ ਦਿੰਦੇ ਲੇਕਿਨ ਕਿਸੇ ਨਾ ਕਿਸੇ ਗ੍ਰਹਿ ਦੇ ਨਾਲ ਬੈਠ ਕੇ ਉਹਨੂੰ ਗ੍ਰਹਿਣ ਯੋਗ ਜ਼ਰੂਰ ਬਣਾ ਦਿੰਦੇ ਆ। ਅਤੇ ਜਦੋਂ ਕਿਸੇ ਵੀ ਖਾਨੇ ਦੇ ਵਿੱਚ ਰਾਹੂ ਜਾਂ ਕੇਤੂ ਮਾੜਾ ਹੋਵੇ ਤਾਂ ਉਹ ਨਿਸ਼ਚਿਤ ਰੂਪ ਦੇ ਨਾਲ ਬੰਦੇ ਦੀਆਂ ਧੱਜੀਆਂ ਉਡਾ ਦਿੰਦਾ। ਸੋ ਮਾੜੇ ਕੇਤੂ ਦੀ ਪਹਿਚਾਣ ਕੀ ਹੁੰਦੀ ਹੈ? ਕਿੱਦਾਂ ਪਤਾ ਲੱਗਦਾ ਕਿ ਇੱਕ ਇਨਸਾਨ ਦੀ ਕੁੰਡਲੀ ਦੇ ਵਿੱਚ ਉਹਦਾ ਕੇਤੂ ਮਾੜਾ ਹੈਗਾ? ਕੁੰਡਲੀ ਆਪਾਂ ਬਾਅਦ 'ਚ ਖੋਲ੍ਹਦੇ ਹਾਂ ਲੇਕਿਨ ਪਹਿਲਾਂ ਉਹਦੀ ਸਥਿਤੀ ਦੇਖ ਕੇ ਪਤਾ ਲੱਗ ਜਾਂਦਾ ਕਿ ਇੱਕ ਇਨਸਾਨ ਦਾ ਕੇਤੂ ਜਿਹੜਾ ਖਰਾਬ ਹੈਗਾ। ਜਦੋਂ ਮਾੜਾ ਕੇਤੂ ਹੋਵੇ ਇੱਕ ਇਨਸਾਨ ਦਾ ਤਾਂ ਉਹ ਇਨਸਾਨ ਹਮੇਸ਼ਾ ਹੀ ਦੁਖੀ ਜਿਹਾ ਰਹੂਗਾ, ਉਹਦੇ ਚਿਹਰੇ 'ਤੇ ਖੁਸ਼ੀ ਹੀ ਨਹੀਂ ਹੋਊਗੀ, ਮਰੀਅਲ ਜਿਹਾ ਸਰੀਰ ਰਹੂਗਾ, ਕਮਜ਼ੋਰ ਜਿਹਾ ਬਚਾਏਗਾ। ਗਰੀਬੀ ਉਹਦੇ ਕੱਪੜਿਆਂ ਤੋਂ, ਉਹਦੇ ਚਿਹਰੇ ਤੋਂ, ਉਹਦੇ ਵਾਲਾਂ ਤੋਂ, ਉਹਦੀ ਸ਼ਕਲੋ ਸੂਰਤ ਤੋਂ ਉਹਦੀ ਗਰੀਬੀ ਝਲਕਦੀ ਹੋਏਗੀ। ਅਤੇ ਆਮ ਤੌਰ 'ਤੇ ਜਦੋਂ ਇੱਕ ਇਨਸਾਨ ਦਾ ਕੇਤੂ ਖਰਾਬ ਹੁੰਦਾ ਤਾਂ ਉਹ ਇਨਸਾਨ ਕਿਸੇ ਨਾ ਕਿਸੇ ਨਸ਼ੇ ਨੂੰ ਕਰਨ ਵਾਲਾ ਜ਼ਰੂਰ ਹੁੰਦਾ, ਨਸ਼ੇੜੀ ਬਣ ਜਾਂਦਾ ਕੇਤੂ ਜਦੋਂ ਖਰਾਬ ਹੋਵੇ। ਕਿਉਂਕਿ ਕੇਤੂ ਖਰਾਬ ਜਦੋਂ ਹੁੰਦਾ ਨਾ ਤਾਂ ਉਹ ਇਨਸਾਨ ਨੂੰ ਮਾੜੇ ਪਾਸੇ ਲਾਉਂਦਾ, ਚੰਗਾ ਕੰਮ ਤਾਂ ਕਰਨ ਹੀ ਨਹੀਂ ਦਿੰਦਾ। ਸੋ ਐਸਾ ਇਨਸਾਨ ਚਾਹੇ ਸ਼ਰਾਬ ਪੀਂਦਾ, ਚਾਹੇ ਫੀਮ ਖਾਂਦਾ, ਚਾਹੇ ਡੋਡੇ ਖਾਂਦਾ, ਚਾਹੇ ਸਮੈਕ ਲੈਣੀ ਸ਼ੁਰੂ ਕਰ ਦਿੰਦਾ, ਚਾਹੇ ਚਿੱਟਾ ਲੈਣਾ ਸ਼ੁਰੂ ਕਰ ਦਿੰਦਾ, ਚਾਹੇ ਸਮੋਕਿੰਗ ਕਰਦਾ, ਜਰਦਾ ਖਾਂਦਾ, ਉਹਦਾ ਕੇਤੂ ਖਰਾਬ ਹੁੰਦਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹਦਾ ਗ੍ਰਹਿ ਜਿਹੜਾ ਕੇਤੂ ਖਰਾਬ ਹੈ। ਫਿਰ ਉਹ ਬੁਜ਼ਦਿਲ ਹੁੰਦਾ, ਡਰਪੋਕ ਹੁੰਦਾ, ਦਲੇਰੀ ਬਿਲਕੁਲ ਨਹੀਂ ਉਹਦੇ 'ਚ ਹੁੰਦੀ। ਸੜਕ 'ਤੇ ਜਾ ਰਿਹਾ ਉਹਦਾ ਕੋਈ ਪੰਗਾ ਪੈ ਜੇ, ਕੋਈ ਅੱਗੋਂ ਬੜਕ ਮਾਰ ਦੇ ਤਾਂ ਉਹ ਇੱਕ ਸੈਕਿੰਡ ਦੇ ਵਿੱਚ ਭੱਜਣ ਦੇ ਉੱਥੋਂ ਭੱਜ ਲੈਂਦਾ ਵੀ ਛੱਡੋ ਜੀ। ਫਿਰ ਕੇਤੂ ਜਿਹਦਾ ਵੀ ਖਰਾਬ ਹੈ ਨਾ, ਉਹ ਗੰਦਗੀ ਵਾਲੀ ਥਾਂ 'ਤੇ ਰਹਿੰਦਾ, ਉੱਥੇ ਉਹਨੂੰ ਬਿਲਕੁਲ ਪਰਵਾਹ ਨਹੀਂ ਹੁੰਦੀ ਕਿ ਮੇਰਾ ਘਰ, ਮੇਰਾ ਕਮਰਾ ਸਾਫ਼ ਸੁਥਰਾ ਹੋਵੇ, ਕੱਪੜੇ ਬਿਖਰੇ ਪਏ ਆ, ਮੈਲੇ ਕੱਪੜੇ ਪਾਏ ਹੋਏ ਆ, ਜੁੱਤੀਆਂ ਕਿਤੇ ਪਈਆਂ। ਅਤੇ ਉਹ ਬੰਦਾ ਮਤਲਬ ਕੋਈ ਉਹਨੇ ਹੱਥ ਨਹੀਂ ਧੋਣੇ, ਕੋਈ ਉਹਨੇ ਅੱਜ ਕੱਲ੍ਹ ਜਿੱਦਾਂ ਸੈਨੇਟਾਈਜ਼ ਦਾ ਰਿਵਾਜ਼ ਹੈ, ਨਾ ਕੋਈ ਉਹਨੇ ਸੈਨੇਟਾਈਜ਼ ਕਰਨੇ ਆ। ਸੋ ਇੱਦਾਂ ਦੀਆਂ ਬੰਦੇ ਦੀਆਂ ਆਦਤਾਂ ਪੈ ਜਾਂਦੀਆਂ, ਇਹਦਾ ਮਤਲਬ ਬੰਦੇ ਦਾ ਕੇਤੂ ਖਰਾਬ ਹੈ। ਫਿਰ ਜਿਹਦਾ ਕੇਤੂ ਖਰਾਬ ਆ, ਖਾਨਦਾਨੀ ਜਾਇਦਾਦ ਜਿਹੜੀ ਆ ਉਹਨੂੰ ਨਸ਼ਟ ਕਰਦਾ। ਇੱਕ ਬੰਦੇ ਕੋਲ ਮੰਨ ਲਓ ਪਲਾਟਸ ਹੈ 10-12, ਗੱਡੀਆਂ ਕਈ, ਪਿਤਾ ਤੋਂ ਬਾਅਦ ਉਹਦੇ ਕੋਲ ਕੰਟਰੋਲ ਆ ਗਿਆ, ਜੇ ਉਹਦਾ ਕੇਤੂ ਖਰਾਬ ਹੈ ਤਾਂ ਉਹ ਕਰੋੜਾਂ ਦੀ ਪ੍ਰਾਪਰਟੀ ਦਾ ਵਿਨਾਸ਼ ਕਰ ਦੇਗਾ। ਫਿਰ ਬਹੁਤ ਸਾਰੇ ਲੋਕ ਇੱਦਾਂ ਦੇ ਜਿਹੜੇ ਜਦੋਂ ਕੇਤੂ ਖਰਾਬ ਹੈ ਤਾਂ ਵਿਦੇਸ਼ ਦੇ ਵਿੱਚ ਜਾ ਕੇ ਧਨ ਖਰਾਬ ਕਰ ਲੈਂਦੇ ਆ। ਦਿਮਾਗ 'ਚ ਹੁੰਦਾ ਕਿ ਜਾਣਾ ਕਨੇਡਾ, ਜਾਣਾ ਕਨੇਡਾ, ਜਾਣਾ ਕਨੇਡਾ, ਜਾਣਾ 50-60 ਲੱਖ ਲਾ ਦਿੰਦੇ ਆ, ਕਨੇਡਾ ਚਲੇ ਜਾਂਦੇ ਆ। ਹੁਣ ਕੇਤੂ ਖਰਾਬ ਹੈ, ਮਾਂ ਪਿਓ ਕਿਸੇ ਜੋਤਸ਼ੀ ਕੋਲ ਤਾਂ ਜਾਂਦੇ ਹੀ ਨਹੀਂ ਗੇ, ਕਿਉਂਕਿ ਜੋਤਸ਼ੀ ਨੂੰ ਦੇਣਾ 4-5 ਹਜ਼ਾਰ, 8-10 ਹਜ਼ਾਰ ਚੁੱਭਦਾ ਉਹਨਾਂ ਨੂੰ। ਉਹਨਾਂ ਨੂੰ ਲੱਗਦਾ ਕਿ ਇਹ ਤਾਂ ਐਵੇਂ ਹਰਾਮ ਦੀ ਕਮਾਈ ਕਰੀ ਜਾਂਦੇ ਆ, ਕਾਹਨੂੰ ਲੋੜ ਆ ਜੋਤਸ਼ੀ ਨੂੰ ਦੇਣ ਦੀ। 50 ਲੱਖ ਮੁੰਡੇ 'ਤੇ ਲਾ ਦਿੰਦੇ ਆ, ਕਨੇਡਾ ਭੇਜ ਦਿੰਦੇ ਆ, ਵਿਦੇਸ਼ ਭੇਜ ਦਿੰਦੇ ਆ। ਹੁਣ ਉਹਦਾ ਕੇਤੂ ਖਰਾਬ ਹੈ, ਕੇਤੂ 'ਤੇ ਉਪਾਏ ਨਹੀਂ ਹੋਏ, ਉਹ ਵਿਦੇਸ਼ 'ਚ ਆ ਕੇ ਸਾਰੇ ਪੈਸੇ ਦਾ ਨਾਸ ਪੱਟ ਦਿੰਦਾ, ਉੱਥੇ ਨਸ਼ੇ ਕਰਦੇ ਹੋਏ ਫੜਿਆ ਜਾਂਦਾ, ਨਸ਼ੇ ਵੇਚਦੇ ਹੋਏ ਫੜਿਆ ਜਾਂਦਾ, ਕਿਸੇ ਨਾਲ ਲੜਾਈ ਹੋ ਗਈ। ਕਿੰਨੀਆਂ ਵੀਡੀਓਜ਼ ਤੁਸੀਂ ਦੇਖਦੇ ਹੋ ਕਨੇਡਾ ਦੇ ਵਿੱਚ, ਪੰਜਾਬੀ ਮੁੰਡੇ ਜਿਹੜੇ ਲੜਦੇ ਨੇ ਜਾ ਕੇ, ਉਹ ਸਾਰਿਆਂ ਦੇ ਕੇਤੂ ਚੈੱਕ ਕਰਾ ਲਓ, ਤੁਹਾਨੂੰ ਕਿਸੇ ਨਾ ਕਿਸੇ ਦੇ ਕੇਤੂ ਵਿਚਾਰੇ ਦਾ ਖਰਾਬ ਹੀ ਮਿਲੇਗਾ। ਕਸੂਰ ਬੱਚਿਆਂ ਦਾ ਉਹਨਾਂ ਦਾ ਨਹੀਂ, ਬੱਚੇ ਆ ਵਿਚਾਰੇ, ਉਹਨਾਂ ਨੂੰ ਤਾਂ ਜਿੱਧਰ ਕਿਸੇ ਨੇ ਮਗਰ ਲਾ ਤਾ ਵਿਚਾਰੇ ਲੱਗ ਗਏ। ਕਸੂਰ ਇੱਥੇ ਮਾਂ ਪਿਓ ਦਾ ਮੰਨਿਆ ਜਾਂਦਾ ਵੀ ਜੇ ਜੋਤਿਸ਼ ਨਾਂ ਦੀ ਕੋਈ ਚੀਜ਼ ਹੈਗੀ ਹੈ ਤਾਂ ਦਾਨ ਪੁੰਨ ਹੀ ਕਰਦੇ ਹਾਂ ਤੁਸੀਂ, ਇਹਦੇ 'ਚ ਕੋਈ ਜ਼ਿਆਦਾ ਵੱਡਾ ਕੰਮ ਤਾਂ ਹੈ ਨਹੀਂ ਗਾ, ਪਹਾੜ 'ਤੇ ਨਹੀਂ ਚੜ੍ਹਨਾ। ਬੱਚੇ ਦੇ ਲਈ ਛੋਟੇ ਹੁੰਦੇ ਤੋਂ ਹੀ ਕੇਤੂ 'ਤੇ ਦਾਨ ਪੁੰਨ ਕਰੋ। ਫਿਰ ਜਦੋਂ ਕੇਤੂ ਮਾੜਾ ਹੁੰਦਾ ਹੈ, ਇੱਕ ਬੰਦੇ ਦਾ ਵਪਾਰ ਕਦੀ ਟਿਕਦਾ ਨਹੀਂ। ਬੰਦਾ ਕਦੀ ਅੱਜ ਇਹ ਵਪਾਰ ਕਰ ਲਿਆ, ਕੱਲ੍ਹ ਇਹ ਕਰ ਲਿਆ, ਪਰਸੋਂ ਇਹ ਕਰ ਲਿਆ, ਸਾਰੇ ਨਹੀਂ ਚੱਲਦੇ। ਫਿਰ ਆ ਕੇ ਪੁੱਛਦਾ ਜੀ ਮੈਂ ਬੜੇ ਵਪਾਰ ਕੀਤੇ, ਮੇਰਾ ਕੋਈ ਕੰਮ ਹੀ ਨਹੀਂ ਚੱਲਦਾ। ਪਰ ਆਹ ਤੇਰਾ ਕੇਤੂ ਖਰਾਬ ਹੈ, ਪਹਿਲਾਂ ਤਾਂ ਉਹਨੂੰ ਠੀਕ ਕਰੀਏ ਆਪਾਂ। ਫਿਰ ਕੇਤੂ ਖਰਾਬ ਹੋਵੇ, ਇੱਕ ਇਨਸਾਨ ਕਿਸੇ ਜਗ੍ਹਾ 'ਤੇ ਟਿਕ ਹੀ ਨਹੀਂ ਪਾਉਂਦਾ। ਅੱਜ ਇੱਥੇ ਕਿਰਾਏ 'ਤੇ ਮਕਾਨ ਲਿਆ, ਉੱਥੇ ਲੜਾਈ ਹੋ ਗਈ, ਦੂਜੀ ਜਗ੍ਹਾ ਲੈ ਲਿਆ, ਉੱਥੇ ਕਲੇਸ਼ ਪੈ ਗਿਆ, ਤੀਜੀ ਜਗ੍ਹਾ ਲੈ ਲਿਆ, ਕਿਰਾਏ ਹੀ ਮਾਰਤਾ, ਇੱਦਾਂ ਹੋਏਗਾ। ਫਿਰ ਜਦੋਂ ਮਾੜਾ ਕੇਤੂ ਹੋਵੇ ਇੱਕ ਇਨਸਾਨ ਦਾ ਤਾਂ ਬੜੀ ਵਾਰੀ ਇਹ ਦੇਖਿਆ ਜਾਂਦਾ ਕਿ ਕਦੀ ਉਹਨੂੰ ਕੁੱਤਾ ਵੱਢ ਲੈਂਦਾ, ਕਦੀ ਬੰਦਰ ਵੱਢ ਲੈਂਦਾ, ਕਦੀ ਕੋਈ ਜੰਗਲੀ ਜਾਨਵਰ ਉਹਦੇ ਪਿੱਛੇ ਪੈ ਜਾਂਦਾ, ਉਹਦੇ ਤੋਂ ਨੁਕਸਾਨ ਹੋ ਜਾਂਦਾ।
ਸੋ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਖਰਾਬ ਕੇਤੂ ਦੀਆਂ। ਕੇਤੂ ਕਿਵੇਂ ਠੀਕ ਹੋ ਸਕਦਾ? ਸਿੱਧੀ ਜੀ ਗੱਲ, ਕੇਤੂ ਨੂੰ ਠੀਕ ਕਰਨ ਦਾ ਬੈਸਟ ਤਰੀਕਾ ਕਿ ਹਰ ਬੁੱਧਵਾਰ ਨੂੰ ਗਣੇਸ਼ ਜੀ ਨੂੰ 4 ਲੱਡੂ ਜ਼ਰੂਰ ਚੜ੍ਹਾ ਕੇ ਆਓ। ਫਿਰ ਨਾਲ ਹੀ ਨਾਲ ਤੁਸੀਂ ਜੇ ਕੇਤੂ ਤੁਹਾਡਾ ਖਰਾਬ ਹੈਗਾ ਤਾਂ ਕਿਸੇ 2 ਰੰਗੇ ਕੁੱਤੇ ਨੂੰ ਦੁੱਧ ਪਾ ਸਕਦੇ ਹੋ, ਦੁੱਧ ਉਸ ਕੰਡੀਸ਼ਨ 'ਚ ਜੇ ਤੁਹਾਡੇ ਕੇਤੂ ਦੇ ਨਾਲ ਤੁਹਾਡਾ ਚੰਦਰਮਾ ਵੀ ਖਰਾਬ ਹੈ। ਜੇ ਕੇਤੂ ਦੇ ਨਾਲ ਤੁਹਾਡਾ ਚੰਦਰਮਾ ਖਰਾਬ ਨਹੀਂ ਹੈ ਫਿਰ ਦੁੱਧ ਨਹੀਂ ਪਾਉਣਾ, ਚੰਦਰ ਖਰਾਬ ਹੋ ਜਾਊਗਾ ਤੁਹਾਡਾ। ਫਿਰ ਇਨ ਦੈਟ ਕੇਸ ਸੂਰਜ ਨੂੰ ਦੇਖੋ, ਜੇ ਤੁਹਾਡਾ ਸੂਰਜ ਖਰਾਬ ਹੈਗਾ ਤਾਂ ਬਿਸਕੁਟ ਪਾਓ ਕੁੱਤੇ ਨੂੰ। ਕੇਤੂ ਐਂਡ ਸੂਰਜ, ਬਿਸਕੁਟ ਫੋਰ ਡੋਗਸ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਕੇਤੂ ਖਰਾਬ ਹੈ ਤਾਂ ਆਪਾਂ ਲਾਜ਼ਮੀ ਇੰਨੀਆਂ ਪਰੇਸ਼ਾਨੀਆਂ 'ਚੋਂ ਨਿਕਲਣਾ। ਸਿੰਪਲੀ ਇੱਕ ਟੇਵਾ ਦਿਖਾਈਏ ਜਾ ਕੇ, ਅਤੇ ਟੇਵਾ ਦਿਖਾ ਕੇ ਅਪੁਆਇੰਟਮੈਂਟ ਲੈ ਕੇ ਕਿਸੇ ਸਿਆਣੇ ਪੰਡਿਤ ਜੀ ਕੋਲ, ਸਿਆਣੇ ਜੋਤਸ਼ੀ ਸਾਹਿਬ ਕੋਲ ਜਾਓ, ਟੇਵਾ ਦਿਖਾ ਦਿਓ, ਉਦੋਂ ਬਾਅਦ ਉਪਾਏ ਟਿੱਕ ਕੇ ਕਰੋ, ਪਰਮਾਤਮਾ ਜ਼ਰੂਰ ਕਿਰਪਾ ਕਰੇਗਾ। ਸੋ ਦੋਸਤੋ, ਕਿੱਦਾਂ ਲੱਗਿਆ ਅੱਜ ਦਾ ਐਪੀਸੋਡ? ਜੇ ਵਧੀਆ ਲੱਗਿਆ ਤਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਸਾਡਾ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ, ਸੇਮ ਨਾਮ ਤੋਂ ਸਾਡਾ ਫੇਸਬੁੱਕ ਪੇਜ, ਉਹਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਜਦੋਂ ਵੀ ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਵਿਸ਼ੇਸ਼ ਤੌਰ 'ਤੇ ਇੱਕ ਨਵਗ੍ਰਹਿ ਪਲਾਂਟ ਤੁਹਾਨੂੰ ਗਿਫਟ ਕਰਦੇ ਹਾਂ, ਇੱਕ ਸਾਡੀ ਵਿਸ਼ੇਸ਼ ਤੌਰ 'ਤੇ ਜਿਹੜੀ ਸਮੱਗਰੀ ਇਹ ਦਿੰਦੇ ਹਾਂ, ਜਿਹਦੇ ਨਾਲ ਤੁਹਾਡੇ ਘਰ 'ਚੋਂ ਨੈਗਟਿਵਿਟੀ ਦੂਰ ਹੋਵੇ। ਇਹ ਤਿੰਨਾਂ ਚੀਜ਼ਾਂ ਦੇ ਕੋਈ ਚਾਰਜਿਸ ਨਹੀਂ ਹੈ, ਬਿਲਕੁਲ ਫਰੀ ਆਫ ਕੋਸਟ ਹੈ। ਅਤੇ ਜੇ ਟੈਨਸ਼ਨ, ਡਿਪਰੈਸ਼ਨ, ਵਸਤ ਦੋਸ਼, ਤੰਤਰ, ਕਿਤੇ ਕਿਰਾਏ ਦੀ ਪ੍ਰੋਬਲਮ ਆਉਂਦੀ ਹੈ, ਸਾਡੀ ਇਹ ਵਾਲੀ ਧੁਨੀ ਵਿਸ਼ੇਸ਼ ਤੌਰ 'ਤੇ ਯੂਜ਼ ਕਰੋ, ਅੱਛੇ ਇਫੈਕਟਸ ਹੋਣਗੇ। ਮੰਗਲ ਅਤੇ ਸ਼ੁੱਕਰ ਅੱਜ ਕੱਲ੍ਹ ਵਧੀਆ ਨਹੀਂ ਚੱਲ ਰਿਹਾ, ਕੇਤੂ ਵੀ ਵਧੀਆ ਨਹੀਂ ਚੱਲ ਰਿਹਾ ਗੋਚਰ ਦੇ ਵਿੱਚ, ਜਿਹੜਾ ਵਰਿਸ਼ਚਿਕ ਰਾਸ਼ੀ ਦੇ ਵਿੱਚ ਚੱਲ ਰਿਹਾ। ਸੋ ਇਹ ਤਿੰਨ ਗ੍ਰਹਿ ਤਾਂ ਬਹੁਤ ਹੀ ਪਰੇਸ਼ਾਨ ਕਰ ਰਹੇ ਆ ਬਹੁਤ ਲੋਕਾਂ ਨੂੰ। ਸੋ ਪਲੀਜ਼, ਜੇ ਜੋਤਿਸ਼ ਨੂੰ ਮੰਨਦੇ ਹੋ ਤਾਂ ਉਪਾਏ ਜ਼ਰੂਰ ਕਰੋ, ਮੈਂ ਤਾਂ ਫਿਰ ਰੱਬ ਰਾਖਾਂ। ਸਾਨੂੰ ਮਿਲਣਾ ਤਾਂ ਸਕਰੀਨ 'ਤੇ ਸਾਡੇ ਨੰਬਰਸ ਦਾ ਟਾਈਮ ਲੈ ਕੇ ਨਾਮ ਨੋਟ ਕਰਾ ਕੇ ਆ ਕੇ ਮਿਲ ਸਕਦੇ ਹੋ, ਜਾਂ ਟੈਲੀਫੋਨਿਕ ਅਪੁਆਇੰਟਮੈਂਟ ਲੈ ਸਕਦੇ ਹੋ। ਜਾਣ ਤੋਂ ਪਹਿਲਾਂ ਅਸੀਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁ ਕੇ ਰਹੀਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਈਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ। ਧੀਆਂ ਨੂੰ ਕੋਈ ਖਰਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰਿਓ, ਅਤੇ 10 ਵੰਦ ਕੱਢ ਕੇ ਨੇ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।